ਤੇ ਜੱਟੀ ਦੀ ਤਾਂ ਡੈਫੀਨੇਸ਼ਨ ਹੈ ਤੂੰ ਜਾਂਦੀਆਂ ਨਾ ਸਦਰਾਂ ਸੰਭਾਲੀਆਂ ਚੱਕਵੇਂ ਦੇ ਸੂਟ ਨਾਲ ਪਾ ਲਿਆ ਕਰ ਬਲਗੈਰੀ ਦੀਆਂ ਵਾਲੀਆਂ ਚੱਕਵੇਂ ਦੇ ਸੂਟ ਨਾਲ ਪਾ ਲਿਆ ਕਰ ਬਲਗੈਰੀ ਦੀਆਂ ਵਾਲੀਆਂ ਬਹੁਤ ਸਾਰੇ ਗਾਣੇ ਆਪਾਂ ਸਿਲੈਕਟ ਕੀਤੇ ਇੱਕ ਦੂਜੇ ਨੂੰ ਭੇਜੇ ਪਰ 90% ਕੁਲਵਿੰਦਰ ਬਿੱਲਾ ਜੋ ਬਿੱਲਾ ਜੀ ਨੂੰ ਪਸੰਦ ਨਹੀਂ ਆਏ ਅਤੇ 10% ਮੈਨੂੰ ਨਹੀਂ ਆਏ ਫਿਰ ਫਾਈਨਲੀ ਇਹ ਵਾਲਾ ਗਾਣਾ ਮੇਰੇ ਕੋਲ ਅਲਫਾਜ਼ ਨੇ ਮੈਨੂੰ ਸੁਣਾਇਆ ਸੀ ਅਤੇ ਮੈਨੂੰ ਬਹੁਤ ਸੋਹਣਾ ਲੱਗਾ ਅਲਫਾਜ਼ ਇਜ਼ ਲਾਈਕ ਅ ਫੈਮਿਲੀ ਟੂ ਅਸ ਸਤਿ ਸ਼੍ਰੀ ਅਕਾਲ ਜੀ ਦੇਸੀ ਚੰਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਤੇ ਅੰਗਰੇਜ਼ੀ ਵਾਲੀ ਮੈਡਮ ਦੇ ਨਾਲ ਨਾਲ ਉਹਨਾਂ ਦੇ ਸਰ ਨਾਲ ਹੁਣ ਨਵਾਂ ਗਾਣਾ ਲੈ ਕੇ ਆਇਆ ਬੁਲਗੈਰੀ ਤੁਹਾਡੇ ਨਾਲ ਅਤੇ ਸਾਡੇ ਨਾਲ ਹੈਗੇ ਨੇ ਸ਼ਿਪਰਾ ਗੋਇਲ ਅਤੇ ਗੁਰਵਿੰਦਰ ਬਿੱਲਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਇੱਥੇ ਵੀ ਲੈਂਸ ਪੈ ਗਏ ਆ ਬਿੱਲੀਆਂ ਅੱਖਾਂ ਪੂਰੀਆਂ ਕੰਬੀਨੇਸ਼ਨ ਹੋ ਗਿਆ ਬਲੈਕ ਐਂਡ ਬਲੈਕ ਮੈਂ ਕਿਹਾ ਨਾਲ ਇੰਟਰਵਿਊ ਦੇਣੇ ਤਾਂ ਫਿਰ ਪਟਾਕ ਕਰਕੇ ਵੱਜਣੀਆਂ ਚਾਹੀਦੀ ਇੱਧਰ ਦੀ ਲਾਈਟ ਇੱਧਰ ਦੀ ਲਾਈਟ ਅਤੇ ਪਲਾਨ ਕਰਕੇ ਆਏ ਸੀ ਅਸੀਂ ਸਭ ਤੋਂ ਪਹਿਲਾਂ ਤਾਂ ਵਧਾਈ ਇਸ ਲਈ ਇੱਕ ਇੱਕ ਨਾ ਬੜੀ ਜਗ੍ਹਾ ਤੋਂ ਉਡੀਕ ਸੀਗੀ ਕਿ ਹੁਣ ਇੱਕ ਹਿੱਟ ਜੋੜੀ ਡੂ ਇਟ ਹਿੱਟ ਜੋੜੀ ਦੁਬਾਰਾ ਕਦੋਂ ਵਾਪਸ ਆ ਰਹੀ ਹੈ ਅਤੇ ਇਹ ਕੰਸੈਪਟ ਕਦੋਂ ਆਇਆ ਕਿ ਯਾਰ ਹੁਣ ਅੰਗਰੇਜ਼ੀ ਵਾਲੀ ਮੈਡਮ ਨੂੰ 48 million ਵਿਊਜ਼ ਹੋ ਗਏ ਐਂਡ ਵੀ ਸ਼ੁੱਡ ਕਮ ਬੈਕ ਅਗੇਨ ਆਪਾਂ ਬਹੁਤ ਟਾਈਮ ਤੋਂ ਸੋਚਦੇ ਸੀ ਕਿ ਆਪਾਂ ਅੰਗਰੇਜ਼ੀ ਵਾਲੀ ਮੈਡਮ ਤੋਂ ਬਾਅਦ ਇੱਕ ਹੋਰ ਡੂ ਇਟ ਗਾਣਾ ਕਰੀਏ ਨਾਲ ਕੋਲੈਬੋਰੇਟ ਕਰੀਏ ਅਤੇ ਬਹੁਤ ਸਾਰੇ ਗਾਣੇ ਆਪਾਂ ਸਿਲੈਕਟ ਕੀਤੇ ਇੱਕ ਦੂਜੇ ਨੂੰ ਭੇਜੇ ਪਰ 90% ਕੁਲਵਿੰਦਰ ਬਿੱਲਾ ਜੋ ਬਿੱਲਾ ਜੀ ਨੂੰ ਪਸੰਦ ਨਹੀਂ ਆਏ ਅਤੇ 10% ਮੈਨੂੰ ਨਹੀਂ ਆਏ ਫਿਰ ਫਾਈਨਲੀ ਇਹ ਵਾਲਾ ਗਾਣਾ ਮੇਰੇ ਕੋਲ ਅਲਫਾਜ਼ ਨੇ ਮੈਨੂੰ ਸੁਣਾਇਆ ਸੀ ਅਤੇ ਮੈਨੂੰ ਬਹੁਤ ਸੋਹਣਾ ਲੱਗਾ ਅਲਫਾਜ਼ ਇਜ਼ ਲਾਈਕ ਅ ਫੈਮਿਲੀ ਟੂ ਅਸ ਅਤੇ ਮੈਂ ਇਹਨਾਂ ਨੂੰ ਭੇਜਿਆ ਕਿ ਇਹ ਵਾਲਾ ਗਾਣਾ ਅਲਫਾਜ਼ ਦਾ ਲਿਖਿਆ ਹੋਇਆ ਬਹੁਤ ਸੋਹਣਾ ਗਾਣਾ ਤਾਂ ਅੱਗੇ ਤੁਸੀਂ ਦੱਸੋ ਬਸ ਜਿੱਦਾਂ ਨੇ ਇਹਨਾਂ ਨੇ ਕਿਹਾ ਜਦੋਂ ਮੈਨੂੰ ਗਾਣਾ ਸੈਂਡ ਕੀਤਾ ਗਾਣੇ ਪਹਿਲਾਂ ਵੀ ਬਹੁਤ ਕੀਤੇ ਪਰ ਅਸੀਂ ਕਹਿੰਦੇ ਨਹੀਂ ਇਹ ਨਹੀਂ ਵਧੀਆ ਇਹ ਨਹੀਂ ਵਧੀਆ ਪਰ ਆਖਰ ਨੂੰ ਕਹਿੰਦੇ ਹੁੰਦੇ ਨੇ ਵੀ ਇਹ ਗਾਣਾ ਸਾਨੂੰ ਪਸੰਦ ਆਇਆ ਸਾਨੂੰ ਲੱਗਿਆ ਵੀ 2-3 ਸਾਲਾਂ ਦੇ ਗੈਪ ਬਾਅਦ ਅਸੀਂ ਜੇ ਇਕੱਠੇ ਡਿਊਟ ਕਰ ਰਹੇ ਹਾਂ ਤਾਂ ਵਧੀਆ ਹੀ ਕਰਨਾ ਚਾਹੀਦਾ ਅਤੇ ਇਹ ਗਾਣਾ ਪੂਰਾ ਮੈਨੂੰ ਦਾ ਵੀ ਆਸਾਂ ਦੇ ਖਰਾ ਉਤਰੂਗਾ ਅਤੇ ਗਾਣਾ ਪ੍ਰੋਪਰ ਪੂਰਾ ਵਧੀਆ ਬਣ ਕੇ ਆਇਆ ਪੂਰੀ ਟੀਮ ਨੇ ਬੜੀ ਮਿਹਨਤ ਕੀਤੀ ਆ ਡਾਕਟਰ ਜੀ ਉਸਨੇ ਮਿਊਜ਼ਿਕ ਕੀਤਾ ਸਪੀਡ ਰੈਕਡ ਵੱਲੋਂ ਰਿਲੀਜ਼ ਆ ਅਲਫਾਜ਼ ਦਾ ਲਿਖਿਆ ਹੋਇਆ ਸ਼ਬੀ ਦਾ ਵੀਡੀਓ ਹੈ ਅਤੇ ਖਾਸ ਕਰਕੇ ਮੈਂ ਗਾਇਆ ਅਤੇ ਖਾਸ ਕਰਕੇ ਸ਼ਿਪਰਾ ਨੇ ਗਾਇਆ ਉੱਕੇ ਰਿਪੋਰਟ ਹੈ ਬਸ ਦੇਖੋ ਡੀਜਿਆਂ 'ਤੇ ਗਾਹ ਪੈ ਜਾਣਾ ਇਹ ਸਾਲ ਵਿਆਹ ਸ਼ਾਦੀਆਂ ਦੇ ਵਿੱਚ ਉੱਕੇ ਰਿਪੋਰਟ ਹੋਣੀ ਹੈ ਗਾਣਾ ਸੁਣਦੇ ਫਿਰ ਆਪਾਂ ਹੋਰ ਗੱਲਾਂ ਮਾਰਾਂਗੇ ਪਹਿਲਾਂ ਤੁਸੀਂ ਸ਼ੁਰੂ ਕਰੋ ਅੱਛਾ ਜੀ ਹਰ ਵਾਰੀ ਇਹਨਾਂ ਨੇ ਕਰ ਲਈ ਨਾ ਹਾਂਜੀ ਹੁਣ ਹੱਥ ਜੱਟੀ ਦੀ ਤਾਂ ਡੈਫੀਨੇਸ਼ਨ ਹੈ ਤੂੰ ਜਾਂਦੀਆਂ ਨਾ ਸਦਰਾਂ ਸੰਭਾਲੀਆਂ ਚੱਕਵੇਂ ਦੇ ਸੂਟ ਨਾਲ ਪਾ ਲਿਆ ਕਰ ਬਲਗੈਰੀ ਦੀਆਂ ਵਾਲੀਆਂ ਚੱਕਵੇਂ ਦੇ ਸੂਟ ਨਾਲ ਪਾ ਲਿਆ ਕਰ ਬਲਗੈਰੀ ਦੀਆਂ ਵਾਲੀਆਂ ਕੁੰਡੀਆਂ ਮੁੱਛਾਂ ਦੇ ਨਾਲ ਰੋਗ ਲੱਗਦੇ ਤੱਕ ਤੈਨੂੰ ਇਸ਼ਕੇ ਦਾ ਰੋਗ ਲੱਗਦੇ ਗੁੱਟੂ ਉੱਤੇ ਜੱਚਦੀ ਹੈ ਟੈਗ ਹੋ ਯਾਰ ਗੁੱਟੂ ਉੱਤੇ ਜੱਚਦੀ ਹੈ ਟੈਗ ਹੋ ਯਾਰ ਤੇ ਹੱਥਾਂ ਵਿੱਚ ਜੱਜਣ ਦਨਾਲੀਆਂ ਕੁੜਤੇ ਪਜਾਮੇ ਨਾਲ ਲਾ ਲਿਆ ਕਰ ਸੋਹਣਿਆਂ ਵੇਰੇ ਬਨ ਕਾਲੀਆਂ ਇੱਥੇ ਰੇਬਨ ਇਹਨਾਂ ਵਾਲੀਆਂ ਕਿਉਂ ਪਾਈਆਂ ਪਰ ਵਾਲੀਆਂ ਨਹੀਂ ਹੈ ਵਧੀਆ ਜੀ ਨਹੀਂ ਪਾਇਆ ਫਿਰ ਆਪਾਂ ਤੁਸੀਂ ਕਿਹਾ ਕਿ ਇਹਨਾਂ ਨੇ ਨਾ 90% ਗਾਣੇ ਇਹਨਾਂ ਨੇ ਰਿਜੈਕਟ ਕਰਤੇ ਕਿ ਐਸਾ ਕੀ ਸੀਗਾ ਕਿ ਜਿਹੜਾ ਸੀਗਾ ਕਿ ਯਾਰ ਅੰਗਰੇਜ਼ੀ ਵਾਲੀ ਮੈਡਮ ਤੋਂ ਬਾਅਦ ਜਦੋਂ ਆਉਣਾ ਲੋਕਾਂ ਦੀ ਵੀ ਐਕਸਪੈਕਟੇਸ਼ਨ ਬਹੁਤ ਜ਼ਿਆਦਾ ਹਾਇਰ ਹੋ ਗਈ ਕਿਉਂਕਿ ਗਾਣਾ ਸੁਪਰ ਉਪਰ ਹਿੱਟ ਹੈ ਅਤੇ ਕਿਹੜਾ ਐਸਾ ਐਲੀਮੈਂਟ ਸੀਗਾ ਜਿਹੜਾ ਲੱਭਦੇ ਸੀਗੇ ਜਿਹੜਾ 90% ਗਾਣੇ ਦੇ ਵਿੱਚ ਨਹੀਂ ਲੱਭਿਆ ਕੋਈ ਵੀ ਚੀਜ਼ ਹੁੰਦੀ ਹੈ ਕੋਈ ਵਾਰੀ ਤੱਕ ਨਹੀਂ ਕਰਦੀ ਵੀ ਆਹ ਚੀਜ਼ ਠੀਕ ਹੈ ਬਟ ਵੀ ਕੈਨ ਮੋਰ ਬੈਟਰ ਹਨਾ ਲੱਗਦਾ ਸੀ ਵੀ ਕਿ ਪਹਿਲੀ ਵਾਰ ਸੁਣਦੇ ਜਦੋਂ ਗਾਣੇ ਨੂੰ ਵਾਈਬ ਆ ਜਾਏ ਤਾਂ ਤੁਹਾਨੂੰ ਪਤਾ ਹੁੰਦਾ ਕਿ ਇਹ ਗਾਣਾ ਪਹਿਲੀ ਵਾਰੀ ਇਹ ਗਾਣਾ ਓਕੇ ਰਿਪੋਰਟ ਹੈਗਾ ਅੱਜ ਗੱਲ ਕਰਾਂਗੇ ਡਬਿੰਗ ਸੈਸ਼ਨ ਦੀ ਜਦੋਂ ਡਬਿੰਗ ਸੈਸ਼ਨ ਹੁੰਦਾ ਡੂ ਇਟ ਸੌਂਗ ਦਾ ਖਾਸ ਕਰ ਤੁਸੀਂ ਦੋਨੋਂ ਉੱਥੇ ਅਵੇਲੇਬਲ ਰਹਿਣਾ ਮਨਜ਼ੂਰ ਕਰਦੇ ਹੋ ਕਿ ਯਾਰ ਇੰਨਾ ਕੰਫੀਡੈਂਸ ਇੱਕ ਦੂਜੇ 'ਚ ਹੁੰਦਾ ਕਿ ਯਾਰ ਮੈਂ ਆਪਣੀ ਡਬਿੰਗ ਕਰਦੀ ਹਾਂ ਬਿੱਲੇ ਆ ਕੇ ਆਪਣੀ ਕਰਦੇ ਹੋ ਜਾਂ ਸ਼ਿਪਰਾ ਆਪ ਕੇ ਆਪਣੀ ਕਰਦੇ ਵੀ ਸਾਰੇ ਆਪਣੇ ਆਪਣੇ ਕੰਮਾਂ 'ਚ ਅੱਜ ਕੱਲ੍ਹ ਬਿਜ਼ੀ ਹੈਗੇ ਇਹਨਾਂ ਨੇ ਅਲੱਗ ਕੀਤਾ ਸੀ ਮੈਂ ਅਲੱਗ ਕੀਤਾ ਸੀ ਪਰ ਦੋਨੇ ਗਾਣੇ ਅਸੀਂ ਅਲੱਗ ਅਲੱਗ ਹੀ ਕੀਤੇ ਇੱਕ ਦੂਜੇ ਦੇ ਨਾਲ ਨਹੀਂ ਕੀਤੇ ਦੋਨੋਂ ਗਾਣੇ ਬੰਬੇ ਡਬ ਕੀਤੇ ਤੁਸੀਂ ਦੋਨੋਂ ਗਾਣੇ ਪੰਜਾਬ 'ਚ ਕੀਤੇ ਬੰਬੇ ਅਤੇ ਬਾਲੀਵੁੱਡ ਦਾ ਮਿਕਸਚਰ ਹੋ ਗਿਆ ਹੁਣ ਸ਼ਿਪਰਾ ਕਾਫੀ ਚਿਰਾਂ ਤੋਂ ਨਾ ਤੁਸੀਂ ਨਾ ਜਾਣਦੇ ਸੀਗੇ ਕਿ ਸ਼ਿਪਰਾ ਗੋਇਲ ਸਿੰਗਰ ਹੈ ਬਟ ਉਹ ਪਰਦੇ ਦੇ ਅੱਗੇ ਨਹੀਂ ਆਉਂਦੀ ਸੀਗੀ ਹੁਣ ਪਰਦੇ ਦੇ ਅੱਗੇ ਆਉਣਾ ਸ਼ੁਰੂ ਕਰਤਾ ਆਪਣੇ ਸਿੰਗਰ ਸਵੇ ਡੋਰ ਤੋਂ ਕਿੰਨੀ ਕੁ ਐਕਸਾਈਟਮੈਂਟ ਰਹਿੰਦੀ ਹੈ ਕਿਉਂਕਿ ਇੱਕ ਜਿਹੜੀ ਲੁੱਕ ਤੁਹਾਡੀ ਆ ਗਈ ਨਾ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਸ਼ਿਪਰਾ ਸਾਰੇ ਫਿਲਮਸ ਵਿੱਚ ਵੀ ਨਜ਼ਰ ਆਊਗੀ ਬਹੁਤ ਐਕਸਾਈਟਮੈਂਟ ਹੁੰਦੀ ਹੈ ਮੈਨੂੰ ਤਾਂ ਜਦੋਂ ਵੀ ਅਗਲੇ ਦਿਨ ਗਾਣਾ ਰਿਲੀਜ਼ ਹੁੰਦਾ ਉਹ ਤੋਂ ਇੱਕ ਰਾਤ ਪਹਿਲਾਂ ਨੀਂਦ ਨਹੀਂ ਆਉਂਦੀ ਆਊਟ ਆਫ ਐਂਗਜ਼ਾਇਟੀ ਇੱਦਾਂ ਲੱਗਦਾ ਕਿ ਸਵੇਰੇ ਪੇਪਰ ਹੈ ਕੋਈ ਬਹੁਤ ਵੱਡਾ ਪੇਪਰ ਹੈ ਤਾਂ ਮੈਨੂੰ ਐਂਗਜ਼ਾਇਟੀ ਦੇ ਵਿੱਚ ਨੀਂਦ ਹੀ ਨਹੀਂ ਆਉਂਦੀ ਪਹਿਲੀ ਰਾਤ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਫਿਲਮਾਂ ਦੇ ਵਿੱਚ ਆਉਣ ਦਾ ਕੋਈ ਮੂਡ ਹੈਗਾ ਆ ਕਿਉਂਕਿ ਜਿਹੜੀ ਲੁੱਕ ਤੇ ਆ ਰਹੀ ਹੈ ਨਾ ਵੀਡੀਓ ਦੇ ਵਿੱਚ ਕਿਲਰ ਲੁੱਕ ਆ ਰਹੀ ਆ ਸੋ ਮੱਚ ਪਹਿਲਾਂ ਤਾਂ ਉਹਦੇ ਲਈ ਐਂਡ ਮੈਂ ਇਸ ਸਾਲ ਛੋਟਾ ਜਿਹਾ ਇੱਕ ਕੈਮਿਓ ਰੋਲ ਕੀਤਾ ਸੀ ਲਾਈਏ ਜੇ ਆਰੀਆਂ ਦੇ ਵਿੱਚ ਬਟ ਉਹ 5 ਮਿੰਟ ਦੇ ਰੋਲ ਲਈ ਮੈਨੂੰ ਪੂਰਾ ਦਿਨ ਲੱਗਿਆ ਸੀ ਲਾਈਕ ਉਹ ਸ਼ੋਟ ਟੇਕਿੰਗ ਅਤੇ ਬਾਰ ਬਾਰ ਰੀਟੇਕਸ ਅਤੇ ਉੱਦਾਂ ਲਾਈਟਿੰਗ ਕਰਾਂਗੇ ਉੱਦਾਂ ਕਰਾਂਗੇ ਹੈ ਨਾ ਅਤੇ ਇਟਸ ਅ ਲੋਂਗ ਪ੍ਰੋਸੈਸ ਅਤੇ ਮੈਂ ਹੈਟਸ ਔਫ ਕਰਦੀ ਹਾਂ ਬਿੱਲਾ ਜੀ ਜਿੱਦਾਂ ਦੇ ਆਰਟਿਸਟ ਨੂੰ ਕਿ ਉਹ ਗਾਣੇ ਵੀ ਕਰਦੇ ਆ ਨਾਲ ਫਿਲਮਾਂ ਵੀ ਕਰਦੇ ਆ ਹੈ ਨਾ ਪੂਰੇ ਐਕਟਿਵ ਨੇ ਸੋ ਮੈਂ ਹਜੇ ਆਪਣੇ ਗਾਣਿਆਂ 'ਤੇ ਧਿਆਨ ਦੇ ਰਹੀ ਹਾਂ ਸੋ ਮੇ ਬੀ ਇਨ ਫਿਊਚਰ ਆਈ ਵਿਲ ਵਰਕ ਸਮਥਿੰਗ ਆਊਟ ਬਟ ਹਜੇ ਨਹੀਂ ਆਲ ਦ ਬੈਸਟ ਫੋਰ ਆਲ ਦ ਸੌਂਗ ਐਂਡ ਆਪਾਂ ਅੰਗਰੇਜ਼ੀ ਵਾਲੀ ਮੈਡਮ ਸੁਣਾਂਗੇ ਉਸ ਤੋਂ ਬਾਅਦ ਆਪਾਂ ਕਰ ਸ਼ੁਰੂ ਕਰੇਗੀ ਮੈਂ ਕਰ ਰਿਹਾ
ਲੈ ਕੇ ਛੱਡਣਾ ਜਵਾਬ ਗੱਲ ਇੱਕ ਦਾ ਜੱਟਾ ਹੋ ਗਿਆ ਰੂਟੀਨ ਤੇਰਾ ਨਿੱਤ ਦਾ ਮੈਂ ਕਿੱਥੇ ਜਾਂਦਾ ਤੇਰਾ ਐਟੀਟਿਊਡ ਵੇਲੇ ਬੜੀ ਮਿੱਠੀਆਂ ਗੱਲਾਂ ਦੀ ਲੋਰ ਆਈ ਹੁੰਦੀ ਆ ਆਥਣੇ ਚ ਬੜੀ ਅੰਗਰੇਜ਼ੀ ਬੋਲਦਾ ਦੇਣੇ ਜੱਟਾ ਕਿਹੜੇ ਖੁੰਜ ਲਾਈ ਹੁੰਦੀ ਆ ਬਿਨਾਂ ਪਾਣੀਓ ਹੀ ਸੰਗ ਥੱਲੋਂ ਜੱਟ ਨੇ ਅੰਗਰੇਜ਼ੀ ਵਾਲੀ ਮੈਡਮ ਟਪਾਈ ਹੁੰਦੀ ਆ ਹਜੇ ਤੱਕ ਮੈਂ ਉਹਨਾਂ ਦੋਨਾਂ ਦਾ ਨਵਾਂ ਗਾਣਾ ਨਹੀਂ ਸੁਣਿਆ ਤੁਸੀਂ ਜਾ ਕੇ ਸੁਣੋ ਇੰਜੋਏ ਕਰੋ ਸ਼ੇਅਰ ਕਰੋ ਸਪੋਰਟ ਕਰੋ ਹਾਂ ਡੀਜੇ ਤੇ ਵੱਜਣ ਵਾਲਾ ਹੈ ਜ਼ਰੂਰ ਨੱਚੋ ਟੱਪੋ ਅਤੇ ਸਾਨੂੰ ਜ਼ਰੂਰ ਦੱਸੋ ਤੁਹਾਨੂੰ ਗਾਣਾ ਕਿੱਦਾਂ ਲੱਗ ਰਿਹਾ ਹੈਗਾ ਆ ਅਤੇ ਜਲਦੀ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਨਾਲ ਗਾਇਨ ਮਾਨ ਦੋ ਵਾਰ ਤੁਸੀਂ ਵਰਗੋ ਦਿਸ ਚੈਨਲ ਵਾਲਾ